ਸ਼ਹਿਰ ਦੇ ਵਿੱਚ ਘੁੰਮ ਰਹੀਆਂ ਆਵਾਰਾ ਗਊਆਂ ਦੇ ਹੱਲ ਦੇ ਲਈ ਨਗਰ ਕੌਂਸਲ ਦੇ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਗਊਸ਼ਾਲਾਵਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਵਿਚਕਾਰ ਇੱਕ ਮੀਟਿੰਗ ਹੋਈ ਹੈ ਤੇ ਇਸ ਦੇ ਵਿੱਚ ਕਿਵੇਂ ਆਵਾਰਾ ਪਸ਼ੂਆਂ ਦਾ ਹੱਲ ਕੀਤਾ ਜਾ ਸਕਦਾ ਹੈ ਇਸ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਦਰਅਸਲ ਜ਼ਿਲ੍ਹਾ ਨਗਰ ਕੌਂਸਲ ਦੇ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ, ਉਹਨਾਂ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਜੋ ਗਊਸ਼ਾਲਾਵਾਂ ਦੇ ਪ੍ਰਬੰਧਕ ਨੇ ਉਹ ਵੀ ਮੌਜੂਦ ਰਹੇ, ਕਿਉਂਕਿ ਜ਼ਿਲ੍ਹਾ ਸ਼ਹਿਰ ਦੇ ਵਿੱਚ ਜਿਹੜੇ ਲੋਕ ਨੇ ਉਹ ਆਵਾਰਾ ਪਸ਼ੂਆਂ ਤੋਂ ਕਾਫੀ ਪਰੇਸ਼ਾਨ ਹੋ ਚੁੱਕੇ ਨੇ। ਪਰ ਇਹ ਜਿਹੜੀ ਦਿੱਕਤ ਹੈ ਪੂਰੇ ਪੰਜਾਬ ਦੀ ਹੀ ਹੈ, ਪੂਰਾ ਪੰਜਾਬ ਵੀ ਆਵਾਰਾ ਪਸ਼ੂਆਂ ਤੋਂ ਜੋ ਹੈ ਕਾਫੀ ਪਰੇਸ਼ਾਨ ਹੋ ਚੁੱਕਾ ਹੈ, ਕਿਉਂਕਿ ਆਵਾਰਾ ਪਸ਼ੂਆਂ ਦੇ ਕਾਰਨ ਹੀ ਆਏ ਦਿਨ ਕੋਈ ਨਾ ਕੋਈ ਵੱਡਾ ਸੜਕੀ ਹਾਦਸਾ ਵਾਪਰ ਜਾਂਦਾ ਹੈ, ਜਿਸ ਦੇ ਵਿੱਚ ਜਿੱਥੇ ਲੋਕਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਜਿਹੜੇ ਆਵਾਰਾ ਇਹ ਪਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈ, ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ। ਫਿਲਹਾਲ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਜੋ ਹੈ ਉਹ ਨਗਰ ਕੌਂਸਲ ਦੇ ਅਧਿਕਾਰੀ, ਗਊਸ਼ਾਲਾਵਾਂ ਦੇ ਜਿਹੜੇ ਪ੍ਰਬੰਧਕ ਨੇ ਉਹ ਤੇ ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਨੇ ਇੱਕ ਮੀਟਿੰਗ ਕੀਤੀ ਅਤੇ ਇਸ ਸਮੱਸਿਆ ਦਾ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਇਸ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਨਗਰ ਕੌਂਸਲ ਹੈ ਉਹਨਾਂ ਦੇ ਕੋਲ ਕਾਊ ਸੈਸ ਦਾ ਇਕੱਠਾ ਕੀਤਾ ਗਿਆ ਕਾਫੀ ਪੈਸਾ ਹੈ, ਜਿਸ ਨੂੰ ਕਿ ਵੱਖ ਵੱਖ ਜਿਹੜੀਆਂ ਗਊਸ਼ਾਲਾਵਾਂ ਨੇ ਉਹਨਾਂ ਨੂੰ ਦਿੱਤਾ ਜਾਵੇਗਾ। ਅੱਜ ਦਫ਼ਤਰ ਨਗਰ ਕੌਂਸਲ ਜ਼ੀਰਾ ਦੇ ਵਿੱਚ ਕਾਊਸੈਸ ਦੇ ਸੰਬੰਧ ਵਿੱਚ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਔਰ ਸਾਡੇ ਜ਼ੀਰਾ ਸ਼ਹਿਰ ਦੇ ਵਿੱਚ ਤਿੰਨ ਨਗਰ ਕੌਂਸਲ ਦੀ ਹਦੂਦ ਦੇ ਵਿੱਚ ਜਿਹੜੀਆਂ ਗਊਸ਼ਾਲਾ ਆਉਂਦੀਆਂ ਨੇ ਉਹਨਾਂ ਦੇ ਮੁਖੀਆਂ ਦੀ ਮੀਟਿੰਗ ਬੁਲਾਈ ਗਈ ਔਰ ਸਾਡੇ ਦਫ਼ਤਰ ਨਗਰ ਕੌਂਸਲ ਜ਼ੀਰਾ ਦੇ ਵਿੱਚ ਕਾਊਸੈਸ ਸਾਡੇ ਕੋਲ ਤਕਰੀਬਨ 29 ਲੱਖ ਰੁਪਏ ਦੇ ਕਰੀਬ ਪਿਆ ਹੈ। ਅਸੀਂ ਅੱਜ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਔਰ ਗਊਸ਼ਾਲਾ ਦੀ ਮੀਟਿੰਗ ਬੁਲਾਈ ਸੀ, ਇਹਦੇ ਵਿੱਚ 11 ਮੈਂਬਰੀ ਕਮੇਟੀ ਬਣਾਈ ਗਈ ਹੈ। ਜਿਹੜੇ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਗਾਈਆਂ ਔਰ ਢੱਟੇ ਫਿਰਦੇ ਨੇ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਦੇਣ ਦੀ ਜਿਹੜੀ ਅਸੀਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਔਰ ਦਫ਼ਤਰ ਨਗਰ ਕੌਂਸਲ ਜ਼ੀਰਾ ਵੱਲੋਂ ਬੇਨਤੀ ਕੀਤੀ ਗਈ ਔਰ 11 ਮੈਂਬਰੀ ਕਮੇਟੀ ਜਿਹੜੀ ਹੈ ਜੋ ਵੀ ਇਹਦੇ 'ਤੇ ਫੈਸਲਾ ਲਵੇਗੀ ਦਫ਼ਤਰ ਨਗਰ ਕੌਂਸਲ ਜ਼ੀਰਾ ਉਸ ਕਮੇਟੀ ਨਾਲ ਸਹਿਮਤ ਹੋਵੇਗਾ। ਜੀ, ਸਾਡੇ ਕੋਲ ਜਿਹੜੀਆਂ ਵਿਭਿੰਨ ਗਊਸ਼ਾਲਾਵਾਂ ਜਾਂ ਉਹਨਾਂ ਨਾਲ ਸੰਬੰਧਿਤ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਪਾਸੋਂ ਸਾਨੂੰ ਰੀਪ੍ਰਜੈਂਟੇਸ਼ਨ ਪ੍ਰਾਪਤ ਹੋਈਆਂ ਸੀਗੀਆਂ ਕਿ ਜਿਹੜਾ ਕਾਊਸੈਸ ਹੈ ਉਹ ਗਊਆਂ ਨੂੰ ਗਊਆਂ ਦੇ ਖਰਚ ਵਾਸਤੇ ਟ੍ਰਾਂਸਫਰ ਕੀਤਾ ਜਾਵੇ। ਉਸ ਪਰ ਉਸ ਮੰਤਵ ਨੂੰ ਲੈ ਕੇ ਆਈ ਦੀ ਮੀਟਿੰਗ ਸੱਦੀ ਗਈ ਸੀ। ਇਸ ਵੇਲੇ ਨਗਰ ਕੌਂਸਲ ਕੋਲ 29 ਲੱਖ ਦੇ ਕਰੀਬ ਕਾਊਸੈਸ ਪਿਆ ਜੀ। ਇਹਦਾ ਪ੍ਰੋਸੀਜਰ ਇਹ ਹੈ ਜੀ, ਸਰਕਾਰ ਦੀ ਚਿੱਠੀ ਮੁਤਾਬਕ ਅਸੀਂ ਜਾਂ ਤਾਂ ਸਰਕਾਰੀ ਗਊਸ਼ਾਲਾ ਨੂੰ ਦੇ ਸਕਦੇ ਹਾਂ। ਆਪਣੇ ਇੱਥੇ ਜਿਹੜੀਆਂ 3 ਗਊਸ਼ਾਲਾਵਾਂ ਨੇ ਇਹ ਇੱਕ ਤਾਂ ਮਿਊਂਸੀਪਲ ਲੈਂਡ 'ਤੇ ਬਣੀ ਹੋਈ ਹੈ ਲੇਕਿਨ 2 ਪ੍ਰਾਈਵੇਟ ਗਊਸ਼ਾਲਾ, ਠੀਕ ਹੈ ਜੀ। ਇਹ ਉਹਨਾਂ ਦੀ ਡਿਮਾਂਡ 'ਤੇ ਅਸੀਂ ਇੱਕ ਪਸ਼ੂ ਦਾ 40 ਰੁਪਈਏ ਪਰ ਡੇ ਦੇ ਸਕਦੇ ਹਾਂ ਜੀ। ਅਤੇ ਜੇਕਰ ਉਹ ਇਹ ਐਦ ਲੈਣ ਕਿ ਜਿਹੜੇ ਉਹ ਆਵਾਰਾ ਪਸ਼ੂ ਹੈ ਉਹਨੂੰ ਉਹ ਆਪਣੀ ਗਊਸ਼ਾਲਾ ਦੇ ਵਿੱਚ ਰੱਖਣਗੇ ਅਤੇ ਉਹ ਦੁਬਾਰਾ ਉਹ ਸੜਕ 'ਤੇ ਦਿਖਾਈ ਨਹੀਂ ਦੇਗਾ। ਇਸ ਈਵਜ਼ ਵਿੱਚ ਅਸੀਂ ਉਹਨਾਂ ਨੂੰ 40 ਰੁਪਏ ਪਰ ਪਸ਼ੂ ਪਰ ਪ੍ਰਤੀ ਦਿਨ ਦਾ ਦੇ ਸਕਦੇ।